ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਲੋ ਜੀ ਇੱਕ ਨਵੇਂ ਵਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਲੋ ਜੀ ਅੱਜ ਆਪਾਂ ਨੇਰੀ ਦਾ ਰੇਤਾ ਕੱਢਣ ਦੇ ਨਾਲ-ਨਾਲ ਤੁਹਾਡੇ ਕਮੈਂਟਸ ਦਾ ਰਿਪਲਾਈ ਵੀ ਕਰਾਂਗੇ ਸਭ ਦਾ ਜੀ ਤੇ ਸਭ ਤੋਂ ਪਹਿਲਾਂ ਤੁਹਾਡਾ ਸਭ ਦਾ ਬਹੁਤ ਬਹੁਤ ਥੈਂਕ ਯੂ ਜੀ 800 ਸਬਸਕ੍ਰਾਈਬਰ ਪੂਰੇ ਕਰਨ ਦੇ ਵਿੱਚ ਤੇ ਪਲੀਜ਼ ਇਦਾਂ ਹੀ ਤੁਸੀਂ ਆਪਣਾ ਵਾਚ ਟਾਈਮ ਵੀ ਜਰੂਰ ਪੂਰਾ ਕਰਵਾਇਓ ਜੀ ਤੇ ਹਰ ਵਲੌਗ ਤੁਸੀਂ ਪੂਰਾ ਜਰੂਰ ਦੇਖਿਆ ਕਰੋ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਤੇ ਹਾਂਜੀ ਜਿੱਦਾਂ ਤੁਸੀਂ ਕਮੈਂਟ ਕਰਦੇ ਹੋ ਤੇ ਤੁਸੀਂ ਗੁੱਡ ਫਰੈਂਡਸ ਹੁੰਦੇ ਆ ਜਿਵੇਂ ਤੇ ਗੁੱਡ ਫਰੈਂਡਸ ਜਿਹੜੇ ਆ ਆਪਣੀ ਅਛਾਈ ਦੇ ਨਾਲ ਨਾਲ ਆਪਣੀ ਕਮੀ ਦੇ ਬਾਰੇ ਵੀ ਦੱਸਦੇ ਰਹਿੰਦੇ ਆ ਤੇ ਤੁਸੀਂ ਬਹੁਤ ਵਧੀਆ ਫਰੈਂਡਸ ਹੋ ਆਪਣੇ ਕਿਉਂਕਿ ਤੁਸੀਂ ਆਪਾਂ ਨੂੰ ਜਰੂਰ ਦੱਸਿਆ ਵੀ ਤੁਹਾਡੀ ਆਵਾਜ਼ ਜਿਹੜੀ ਬਹੁਤ ਘੱਟ ਆਉਂਦੀ ਹੈ ਤੇ ਥੈਂਕ ਯੂ ਤੁਹਾਡਾ ਦੱਸਣ ਵਾਸਤੇ ਤੇ ਆਸ਼ਾ ਕਰਦੀ ਹਾਂ ਹੁਣ ਮੇਰੀ ਆਵਾਜ਼ ਦੇ ਵਿੱਚ ਇੰਪਰੂਵਮੈਂਟ ਵੀ ਹੈਗੀ ਹੈ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਤੇ ਹਾਂਜੀ ਆਪਾਂ ਕਰਦੇ ਹਾਂ ਸਭ ਦੇ ਕਮੈਂਟਸ ਦਾ ਰਿਪਲਾਈ ਜੀ ਤੇ ਵਲੌਗ ਤੁਸੀਂ ਐਂਡ ਤਾਈਂ ਜਰੂਰ ਦੇਖਿਓ ਜੀ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਸੰਦੂ ਸੁਖ ਆਈਡੀ ਤੋਂ ਥੈਂਕ ਯੂ ਜੀ ਤੁਹਾਡਾ ਆਸ਼ਾ ਕਰਦੀ ਹਾਂ ਤੁਸੀਂ ਆਪਣੇ ਆਉਣ ਵਾਲੇ ਵਲੌਗ ਨੂੰ ਵੀ ਇਦਾਂ ਹੀ ਪਿਆਰ ਕਰਦੇ ਰਹੋਗੇ ਤਾਂ ਬਹੁਤ ਬਹੁਤ ਥੈਂਕ ਯੂ ਤੁਹਾਡਾ ਪਿਆਰੇ ਪਿਆਰੇ ਕਮੈਂਟਸ ਕਰ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੀਜੀ ਰਾਇਲ ਐਕਸ ਕੇਮਸ ਤੁਹਾਡੇ ਕਮੈਂਟ ਆਪਾਂ ਨੂੰ ਬਹੁਤ ਵਧੀਆ ਲੱਗਦੇ ਆ ਜੀ ਤੁਸੀਂ ਕਮੈਂਟ ਕੀਤਾ ਹੈ ਕਿ ਅੱਛਾ ਵਲੌਗ ਹੈ ਦੀਦੀ ਕੁਆਲਟੀ ਵੀ ਅੱਛੀ ਹੈ ਔਰ ਆਪਕੀ ਆਵਾਜ਼ ਵੀ ਕੀਪ ਇਟ ਥੈਂਕ ਯੂ ਜੀ ਤੁਸੀਂ ਜੋ ਆਵਾਜ਼ ਦੀ ਇੰਪਰੂਵਮੈਂਟ ਬਾਰੇ ਤੁਸੀਂ ਮੈਨੂੰ ਦੱਸਿਆ ਥੈਂਕ ਯੂ ਜੀ ਕਮੈਂਟ ਕਰਕੇ ਆਸ਼ਾ ਕਰਦੀ ਹਾਂ ਤੁਸੀਂ ਆਉਣ ਵਾਲੇ ਵਲੌਗ ਨੂੰ ਵੀ ਇਦਾਂ ਹੀ ਪਿਆਰ ਕਰਦੇ ਰਹੋਗੇ ਤੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਕੁਲਜੀਤ 829 ਆਈਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਤੁਸੀਂ ਕਮੈਂਟ ਕੀਤਾ ਹੈ ਕਿ ਤੁਹਾਡਾ ਵਿਹੜਾ ਬਹੁਤ ਖੁੱਲਾ ਹੈ ਇਹ ਜਿਹੜੇ ਵਿਹੜੇ ਵਧੀਆ ਲੱਗਦੇ ਆ ਹਾਂਜੀ ਦੀਦੀ ਵੈਸੇ ਗਰਮੀ ਦੇ ਵਿੱਚ ਹਵਾ ਵੀ ਬਹੁਤ ਆਉਂਦੀ ਹੈ ਸਰਦੀ ਦੇ ਵਿੱਚ ਧੁੱਪ ਵੀ ਸੇਕ ਲੈਂਦੀ ਆ ਪਰ ਜਦੋਂ ਸਫਾਈ ਕਰਨੀ ਪੈਂਦੀ ਆ ਵੱਡੇ ਵੇੜੇ ਦੀ ਉਦੋਂ ਔਖਾ ਬਹੁਤ ਲੱਗਦਾ ਹੈ। ਬਾਕੀ ਸਾਡੇ ਇੱਧਰ ਸਾਰਿਆਂ ਦੇ ਵੇੜੇ ਖੁੱਲੇ ਹੀ ਆ। ਮਨਦੀਪ कौर ਵਲੌਗ ਆਈਡੀ ਤੋਂ ਤੁਸੀਂ ਕਮੈਂਟ ਕੀਤਾ ਬਹੁਤ ਵਧੀਆ ਵਲੌਗ ਦੀ। ਥੈਂਕ ਯੂ ਜੀ ਤੁਹਾਡਾ। ਆਸ਼ਾ ਕਰਦੀ ਹਾਂ ਤੁਸੀਂ ਆਪਣੇ ਆਉਣ ਵਾਲੇ ਵਲੌਗ ਨੂੰ ਵੀ ਇਦਾਂ ਹੀ ਪਿਆਰ ਕਰੋਗੇ ਤੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ, ਤਰੱਕੀਆਂ ਬਖਸ਼ੇ ਜੀ। ਰਣਜੀਤ ਕਿਰਨ ਵਲੌਗ ਹਾਂਜੀ ਤੁਸੀਂ ਵੀ ਕਮੈਂਟ ਕੀਤਾ ਹੈ ਕਿ ਮੈਰਿਜ ਕਿਹੜੇ ਸਾਲ ਵਿੱਚ ਹੋਈ ਸੀਗੀ ਤੇ ਹਾਂਜੀ ਮੇਰੀ ਮੈਰਿਜ ਹੋਈ ਸੀਗੀ 2004 ਦੇ ਵਿੱਚ 2003 ਦੇ ਵਿੱਚ ਅਗੇਸਮੈਂਟ ਹੋ ਗਈ ਸੀਗੀ ਤੇ 20 ਸਾਲ ਕੰਪਲੀਟ ਹੋ ਗਏ ਆ ਮੇਰੀ ਮੈਰਿਜ ਨੂੰ ਤੇ ਇੱਥੇ ਦੇਖੋ ਜੀ ਮੈਂ ਨੇਰੀ ਦਾ ਰੇਤਾ ਕੱਢ ਰਹੀ ਆ ਗੈਰੇਜ ਦੀ ਸਫਾਈ ਕਰ ਰਹੀ ਆ ਤੇ ਅੱਗੇ ਵੀ ਆਪਾਂ ਸਭ ਦੇ ਕਮੈਂਟ ਤੇ ਰਿਪਲਾਈ ਕਰਾਂਗੇ ਜਿੰਨਾਂ ਜਿੰਨਾਂ ਨੇ ਬਹੁਤ ਪਿਆਰੇ ਕਮੈਂਟਸ ਕੀਤੇ ਆ ਤੇ ਆਪਾਂ ਨੂੰ ਸਪੋਰਟ ਕੀਤਾ ਬਣੇ ਰਿਹਾ ਵਲੌਗ ਦੇ ਵਿੱਚ ਸਾਈਡਾ ਤੇ ਕਿਹੜਾ ਨੀਲਾ ਰੰਗ ਕਿ ਚਿੱਟਾ ਹੈ ਮਿਕਸ ਹੋ ਗਿਆ ਮਿਕਸ ਹੋ ਗਿਆ ਥੋੜਾ ਜਿਹਾ ਤੇ ਹਾਰੇ ਦੇ ਉੱਤੇ ਸਾਰੇ ਦੇ ਉੱਤੇ ਕਰੋਗੇ ਰੈਡੀ ਤੇ ਬਣ ਜੂਗੀ ਨਵੀਂ ਇਹਦੇ ਕੋ ਕੂੜਾ ਜਿਹੜੀ ਫੇਰ ਲੱਗ ਗਈ ਸਕੂਟਰੀ ਤੇ ਆ ਕੇ ਹਾਂਜੀ ਕਰਮਜੀਤ जी, कौर ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਆਪਣੇ ਵਲੌਗਸ ਨੂੰ ਪਿਆਰ ਦੇਣ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਵਾਸਤੇ ਜੀ ਓਐਸਿਸ ਐਸਐਚ ਕੇ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਤੇ ਲੋ ਜੀ ਇੱਥੇ ਆਪਾਂ ਜਿਹੜਾ ਅੰਬ ਦਾ achar ਕੱਲ ਪਾਇਆ ਸੀਗਾ ਉਹਨੂੰ ਹਲਾ ਰਹੇ ਸੀ ਕਿਉਂਕਿ ਹਜੇ ਮਸਾਲੇ ਐਡ ਕਰਨੇ ਆ ਤੇ ਇਸਨੇ ਪਾਣੀ ਕਾਫੀ ਜਿਹੜਾ ਛੱਡਤਾ ਤੇ ਉਸਨੂੰ ਮੈਂ ਚੰਗੀ ਤਰ੍ਹਾਂ ਹਲਾ ਰਹੀ ਸੀਗੀ ਕਿਉਂਕਿ ਦੋ ਦਿਨ ਇਸਨੂੰ ਇਸ ਤਰ੍ਹਾਂ ਹਲਾਉਣਾ ਆ ਫਿਰ ਇਹਦਾ ਪਾਣੀ ਜਿਹੜਾ ਆ ਉਹ ਨਿਕਲ ਜੂਗਾ ਜੀ ਤੇ ਹਾਂਜੀ ਮਿਸ ਕੁਸੂ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਕਮੈਂਟਸ ਕਰ ਲਈ ਤੇ ਵਲੌਗਸ ਨੂੰ ਪਿਆਰ ਦੇਣ ਦੀ ਆਸ਼ਾ ਕਰਦੀ ਆਂ ਅ ਤੁਸੀਂ ਆਪਣੇ ਆਉਣ ਵਾਲੇ ਵਲੌਗ ਨੂੰ ਵੀ ਪਿਆਰ ਕਰੋਗੇ ਰਾਜਵੀਰਤਾ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਲੋ ਜੀ ਇਹ ਜਿਹੜਾ ਉਸ ਦਿਨ ਕਮੀਜ਼ ਮੈਂ ਫਿਟਿੰਗ ਕਰਦੀ ਸੀ ਇਹਦੀ ਤਰਪਾਈ ਰਹੀਦੀ ਸੀ ਅੱਜ ਮੈਂ ਕੰਪਲੀਟ ਕਰ ਲਈ ਤੇ ਇਹ ਸੂਟ ਦਾ ਜਿਹੜਾ ਵਰਕ ਹੈ ਬਹੁਤ ਹੀ ਪਿਆਰਾ ਹੈ ਬਹੁਤ ਸੌਫਟ ਜਿਹਾ ਕੱਪੜਾ ਬਹੁਤ ਪਿਆਰਾ ਲੱਗਦਾ ਹੈ ਯਾਰ ਤੇ ਹਾਂਜੀ ਇੱਥੇ ਅ ਅਸੀਂ ਲੱਗੇ ਹੋਏ ਸੀਗੇ ਜਿਹੜੀ ਬੇਲ ਗਰੀ ਲਿਆਂਦੀ ਦੋ ਦਿਨ ਹੋ ਗਏ ਫ੍ਰਿਜ ਚ ਪਈ ਨੂੰ ਅੱਜ ਮੈਂ ਕਹਿ ਕਹਿ ਕੇ ਰਾਜਿੰਦਰ ਨੂੰ ਕਿਹਾ ਮੈਂ ਕਿ ਤੂੰ ਸੀ ਇਹ ਨਾ ਜੂਸ ਤਾਂ ਕੱਢ ਕੇ ਪਿਲਾਓ ਤੇ ਵੈਸੇ ਤਾਂ ਅੱਗੇ ਇੱਕ ਵਾਰੀ ਅਸੀਂ ਪੀਤਾ ਸੀ ਬਹੁਤ ਟਾਈਮ ਪਹਿਲਾਂ ਮਾਰਕੀਟ ਚ ਹੁੰਦਾ ਤਾਂ ਥੋੜਾ ਜਿਹਾ ਬੇਤਨਾ ਟੇਸਟੀ ਨਹੀਂ ਹੁੰਦਾਗਾ ਇੰਨਾ ਪਰ ਇੰਨਾ ਵੀ ਇਹਦੇ ਫਾਇਦੇ ਬਹੁਤ ਹਨ ਗਰਮੀ ਦੇ ਵਿੱਚ ਬਹੁਤ ਵਧੀਆ ਹੁੰਦਾ ਆ ਤੇ ਦੇਖੋ ਪਹਿਲਾਂ ਇਹ ਅਸੀਂ ਪਾਣੀ ਵਿੱਚ ਭੇਂਕੇ ਰੱਖਤਾ ਸੀ ਥੋੜਾ ਟਾਈਮ ਵਾਸਤੇ ਫੇਰ ਥੋੜਾ ਜਿਹਾ ਸੌਫਟ ਹੋ ਗਿਆ ਮੇਰੇ ਕੋਲ ਤੇ ਇਹ ਕਟਿਆ ਵੀ ਨਹੀਂ ਗਿਆ ਬੜੇ ਮੁਸ਼ਕਿਲ ਨਾਲ ਰਾਜਿੰਦਰ ਨੇ ਕਟਿਆ ਤੇ ਹੁਣ ਇਹਦੇ ਬੀ ਕੱਢ ਕੇ ਤੇ ਫਿਰ ਗ੍ਰਾਈਂਡਰ ਦੇ ਵਿੱਚ ਗ੍ਰाइंड ਕਰਨ ਲੱਗੇ ਸੀਗੇ ਅੱਜ ਤੋਂ ਪਹਿਲਾਂ ਅੱਧਾ ਪੌਣਾ ਘੰਟਾ ਭੇ ਕੇ ਰੱਖਦਾ ਸੀਗਾ ਇਹਨੂੰ ਤੇ ਫਿਰ ਉਸ ਨੂੰ ਪੀਸ ਜਿਹੜੇ ਸੀਗੇ ਉਹ ਪਾਣੀ ਪਾਪਾ ਕੇ ਗ੍ਰाइंड ਕਰ ਲਿਆ ਉਸ ਤੋਂ ਬਾਅਦ ਮੈਂ ਇਸ ਤਰ੍ਹਾਂ ਛਾਲ ਲਿਆ ਪਾਣੀ ਵਾਲੇ ਪੁੰਨ ਵਾਲੇ ਜਿਹੜੇ ਪੌਣੀ ਹੁੰਦੀ ਆ ਉਸ ਦੇ ਨਾਲ ਇਸ ਨੂੰ ਛਾਲ ਲਿਆ ਤੇ ਜੂਸ ਤਾਂ ਕਾਫੀ ਨਿਕਲ ਗਿਆ ਇਹਦਾ ਅ ਕਟੋ-ਕਟ ਪੰਜ-ਛੇ ਗਲਾਸ ਜਿਹੜੇ ਬਣ ਗਏ ਸੀਗੇ ਤੇ ਉਸ ਤੋਂ ਬਾਅਦ ਮੈਂ ਕਿਹਾ ਚਲੋ ਮੈਂ ਤਾਂ ਮਿੱਠਾ ਪਾ ਕੇ ਮੂਰਤ ਕਰ ਦਈਏ ਮੈਂ ਤਾਂ ਪਿੰਨੀ ਗਰਮੀ ਦੂਰ ਕਰੀਏ ਕਿਉਂਕਿ ਗਰਮੀ ਬਹੁਤ ਜ਼ਿਆਦਾ ਲੱਗ ਰਹੀ ਆ ਜੀ ਨਮੀ ਪੈਗਾ ਉਸ ਤੋਂ ਬਾਅਦ ਹਮਸ ਵੀ ਹੋ ਗਈ ਹੈ ਬਹੁਤ ਜ਼ਿਆਦਾ ਹਮਸ ਹੋ ਗਈ ਹੈ ਤੇ ਵੈਸੇ ਠੀਕ ਆ ਉਹਨਾਂ ਜਿਹੜਾ ਟੇਸਟੀ ਨਹੀਂ ਗਾ ਪਰ ਇਹ ਹੁੰਦਾ ਵੀ ਕਈ ਚੀਜ਼ਾਂ 'ਚ ਗੁਣ ਬਹੁਤ ਹੁੰਦੇ ਆ ਟੇਸਟੀ ਨਹੀਂ ਹੁੰਦੀ ਪਰ ਵਧੀਆ ਬਹੁਤ ਹੁੰਦੀਆਂ ਆ ਲਓ ਜੀ ਹੁਣ ਮੈਂ ਆਈ ਸੀ ਇਧਰ ਪਸ਼ੂਆਂ ਦੇ ਵਿੱਚ ਤੇ ਆਪਣੇ ਇੱਕ ਨਿਊ ਸਬਸਕライਬਰ ਨੇ ਪੈਨ ਨੇ ਪੁੱਛਿਆ ਸੀਗਾ ਪਾਥੀਆਂ ਦੇ ਬਾਰੇ ਵੀ ਤੁਸੀਂ ਕਿਵੇਂ ਬਣਾਈਆਂ ਇਹ ਪਾਥੀਆਂ ਤੇ ਉਹਨਾਂ ਦਾ ਸਾਂਚਾ ਜਿਹੜਾ ਮੈਂ ਤੁਹਾਨੂੰ ਦਿਖਾਉਣੀ ਆ ਹਾਂਜੀ ਇਹ ਆਪਾਂ ਨੂੰ ਕਮੈਂਟ ਕੀਤਾ ਸੀਗਾ ਮੰਦੀ ਸੋਰੀ ਰਣਜੀਤ ਕਿਰਨ ਵਲੌਗ ਨੇ ਤੁਸੀਂ ਪੁੱਛਿਆ ਸੀ ਕਿ ਪਾਥੀਆਂ ਦੇ ਬਾਰੇ ਤੇ ਸਿਸਟਰ ਇਹ ਅਸੀਂ ਸਾਂਚੇ ਬਣਵਾਏ ਆ ਇਹ ਜਿਹੜੇ ਇੱਟਾ ਬਣਾਉਣ ਵਾਲੇ ਸਾਂਚੇ ਹੁੰਦੇ ਆ ਤੇ ਇਸ ਦੇ ਨਾਲ ਦੋ ਤਿੰਨ ਦੇ ਘਰੋ ਚੀਜ਼ਾਂ ਹੋਰ ਯੂਜ਼ ਕਰੀ ਦੀਆਂ ਆ ਇਹ ਇਹ ਪਾਥੀਆਂ ਪੱਥਨ ਦਾ ਇਹ ਫਾਇਦਾ ਆ ਵੀ ਇੱਕ ਤਾਂ ਆਪਾਂ ਨੂੰ ਗੋਹੇ ਦੇ ਵਿੱਚ ਹੱਥ ਨਹੀਂ ਲਾਉਣੇ ਪੈਂਦੇਗੇ ਤੇ ਇਹ ਰਾਜਵਿੰਦਰੀ ਪੱਥ ਲੈਂਦੇ ਹੁੰਦੇ ਆ ਤੇ ਦੂਸਰਾ ਇਹ ਆ ਵੀ ਜਿਵੇਂ ਗੂੜਾ ਆਪਾਂ ਇਕੱਠਾ ਕਰੀਦਾ ਗੋਆ ਜਿਹੜਾ ਹੁੰਦਾ ਉਹਦੇ ਵਿੱਚ ਤੂੜੀ ਵਗੈਰਾ ਤੇ ਕਚਰਾ ਵਗੈਰਾ ਜਿਹੜਾ ਸਾਰਾ ਹੁੰਦਾ ਆ ਉਹ ਸਾਰਾ ਵਿੱਚ ਇਕੱਠਾ ਕਰ ਲਈਦਾ ਤਾਂ ਫਿਰ ਉਸ ਨੂੰ ਪੱਥ ਲਈਦਾ ਆ ਤੇ ਇਹ ਹੁਣ ਤਾਂ ਜਿਵੇਂ ਗਰਮੀ ਪੈ ਰਹੀ ਆ ਹਨਾ ਤੇ ਹੁਣ ਦਾ ਇਹ ਸੀ ਪਾਥੀਆਂ ਪੱਥੀ ਦੀਆਂ ਨਹੀਂ ਗਿਆ ਇੱਥੋਂ ਪੱਥ ਕੇ ਅਸੀਂ ਇੱਥੇ ਰੱਖ ਦੇ ਦੀਆਂ ਸੀਗੇ ਜਦੋਂ ਫਿਰ ਥੋੜਾ ਮੌਸਮ ਸਹੀ ਹੋ ਗਿਆ ਉਦੋਂ ਪੱਥਿਆ ਕਰਾਂਗੇ ਫਿਰ ਇਹ ਤੇ ਸਪੈਸ਼ਲ ਵਲੌਗ ਬਣਾਵਾਂਗੇ ਆਪਾਂ ਵੀ ਕਿਵੇਂ ਬਣਾਈ ਦੀਆਂ ਆ ਤੇ ਇਧਰ ਇਹ ਇਸ ਵਿੱਚ ਇਹਦਾ ਮੋਰੀਆਂ ਕਰ ਦਿੰਦੀਆਂ ਫਿਰ ਹਵਾ ਕਰਾਸ ਹੋ ਜਾਂਦੀ ਆ ਬਹੁਤ ਜਲਦੀ ਸੁੱਕ ਵੀ ਜਾਂਦੀਆਂ ਆ ਤੇ ਵਧੀਆ ਬਲਦੀਆਂ ਵੀ ਬਹੁਤ ਵਧੀਆ ਆ ਇਹ ਤੇ ਇਧਰ ਜੀ ਮੈਂ ਲੱਗੀ ਸੀਗੀ ਅਸੀਂ ਜਦੋਂ ਸ਼ਾਮ ਨੂੰ ਧਾਰ ਕੱਢੀ ਤੇ ਦਾਣਾ ਪੋਨੇ ਨੇ ਗਾਂ ਨੂੰ ਤੇ ਕੀੜੀਆਂ ਬਹੁਤ ਲੱਗੀਆਂ ਸੀ ਕਿ ਕੱਢਣਾ ਬੜਾ ਔਖਾ ਹੋ ਜਾਂਦਾ ਆ ਤੇ ਮੈਂ ਕਿਹਾ ਚਲੋ ਇਸ ਤੇ ਮੈਂ ਕੁਝ ਅੱਜ ਟ੍ਰਿਕ ਕਰਕੇ ਦੇਖ ਰਹੀ ਆ ਮੈਂ ਪਾਰੇ ਸੇ ਹਲਦੀ ਸਾਈਡਾਂ ਤੇ ਮੈਂ ਕਿਹਾ ਹੋ ਸਕਦਾ ਵੀ ਇਹਦੇ ਨਾਲ ਮੈਂ ਸੁਣਿਆ ਵੀ ਹਲਦੀ ਨਾਲ ਕੀੜੀਆਂ ਜਿਹੜੀਆਂ ਭੱਜ ਜਾਂਦੀਆਂ ਆ ਬਾਕੀ ਤੁਹਾਨੂੰ ਇਸ ਬਾਰੇ ਨੌਲੇਜ ਹੋਵੇ ਕੀੜੀਆਂ ਨੂੰ ਭਜਾਉਣ ਦਾ ਤਰੀਕਾ ਹੋਵੇ ਤਾਂ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂ ਤੇ ਮੈਂ ਕਿਹਾ ਜੇ ਇੱਥੇ ਆਪਾਂ ਉਹ ਚੋਕ ਲਾਉਣੇ ਜਿਹੜੇ ਲਸ਼ਮ ਦੇਖਾਉ ਤਾ ਫਿਰ ਜਿਵੇਂ ਜੈਰੀ ਹੁੰਦਾ ਇੱਕ ਤਰ੍ਹਾਂ ਦਾ ਮੇਕਅਪ ਪਸ਼ੂਆਂ ਨੂੰ ਪੋਣਾ ਚਲ ਉਹ ਨਹੀਂ ਲਾਉਂਦੇਗੇ ਤੇ ਹਲਦੀ ਪਾ ਦਿੰਨੀ ਆ ਦੇਖੋ ਕੀੜੀਆਂ ਨਾਲ ਜਿਹੜਾ ਸਾਰਾ ਦਾਣਾ ਜਿਹੜਾ ਭਰਿਆ ਹੋਇਆ ਥੋੜਾ ਜਿਹਾ ਮੈਂ ਕੱਢ ਤੋ ਵੀ ਸਾਈਡ ਚ ਕਰਵਾਇਆ ਵੀ ਕੀੜੀਆਂ ਫਿਰ ਨਾ ਚੜਨ ਤੇ ਬਹੁਤ ਜ਼ਿਆਦਾ ਫਿਰ ਓਖਾ ਹੋ ਜਾਂਦਾ ਆ ਤੇ ਇਸ ਦੇਖਦੇ ਆ ਸਵਿਰਤਾ ਕੀ ਇਹਦਾ ਹੁੰਦਾ ਆ ਅਸਰ ਤੇ ਇੱਥੇ ਜੀਆ ਦੇਖੋ ਟਰਾਲੀ ਆਪਣੀ ਬਿਲਕੁਲ ਨਵੀਂ ਬਣ ਗਈ ਵਧੀਆ ਤੇ ਹੁਣ ਤਾਂ ਜਿਵੇਂ ਨਾ ਗੱਡਿਆਂ ਦਾ ਰਵਾਜ ਆ ਹੀ ਚਲ ਗਿਆ ਸਾਡੇ ਪਿੰਡ ਤੇ ਜ਼ਿਆਦਾਤਰ ਇਹਨਾਂ ਦਾ ਯੂਜ਼ ਕਰਦੇ ਆ ਤੇ ਰਾਜਿੰਦਰ ਜਾ ਰਹੇ ਸੀਗੇ ਹੁਣ ਪੱਠੇ ਲੈਣ ਵਾਸਤੇ ਸ਼ਾਮ ਦਾ ਟਾਈਮ ਹੋ ਗਿਆ ਹੈ ਤੇ ਲੋ ਜੀ ਹੁਣ ਆਪਣੇ ਵਲੌਗ ਦਾ ਐਂਡ ਪੁਆਇੰਟ ਆ ਗਿਆ ਹੈ ਤੇ ਅੱਜ ਕਿਚਨ ਦੀ ਸਬਸ ਪਾਈ ਪੂਰੀ ਨਹੀਂ ਹੋ ਸਕੀ ਇਗਨੋਰ ਕਰਿਓ ਜੀ ਕਿਉਂਕਿ ਅੱਜ ਵਿੜੇ ਦੇ ਵਿੱਚ ਹੀ ਇੰਨੀ ਸਫਾਈ ਦਾ ਟਾਈਮ ਲੱਗ ਗਿਆ ਕਿ ਬੱਠਰਾਂ ਦੇ ਬੱਠਲ ਜਿਹੜਾ ਮਿੱਟੀ ਰੇਤਾ ਜਿਹੜਾ ਚੱਕਿਆ ਤੇ ਇਸ ਕਰਕੇ ਉਸ ਤੋਂ ਬਾਅਦ ਮੈਨੂੰ ਬਹੁਤ ਥਕਾਵਟ ਜੀ ਹੋ ਗਈ ਬੜਾ ਡਸਟਿੰਗ ਵਗੈਰਾ ਕੀਤੀ ਬਹੁਤ ਟਾਈਮ ਲੱਗ ਗਿਆ ਤੇ ਚਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਤੇ ਹੁਣ ਕਰ ਤਿਆਰੀ ਕਰਨੀ ਹੈ ਫੁਲਕੇ ਦੀ ਮੈਂ ਗੁੰਨ ਰਹੀ ਸੀ ਤੰਦੂਰੀ ਆਟਾ ਤੇ ਅੱਜ ਦੇ ਵਲੌਗ ਦਾ ਆਪਾਂ ਐਂਡ ਇੱਥੇ ਹੀ ਕਰਦੇ ਆਂ ਵਲੌਗ ਵਧੀਆ ਲੱਗਿਆ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਮਿਲਾਂਗੇ ਆਪਾਂ ਕੱਲੂ ਇੱਕ ਨਵੇਂ ਵਲੌਗ ਦੇ ਨਾਲ ਤੇ ਹਾਂਜੀ ਤੁਹਾਡਾ ਅਗੇਨ ਸਭ ਦਾ ਬਹੁਤ ਬਹੁਤ ਥੈਂਕ ਯੂ ਜੀ 800 ਸਬਸਕ੍ਰਾਈਬਰ ਕਰਨ ਵਾਸਤੇ ਤੇ ਪਲੀਜ਼ ਐਵੇਂ ਹੀ ਸਪੋਰਟ ਕਰਦੇ ਰਹੋ ਤੇ ਵਾਸਟ ਟਾਈਮ ਵੀ ਆਪਣਾ ਕੰਪਲੀਟ ਜਰੂਰ ਕਰਾਇਓ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਗੁੱਡ ਈਵਨਿੰਗ